ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜਸਵਿੰਦਰ ਸਿੰਘ ਸਨੇਰ ਅੱਜ ਗੱਲ ਕਰਦੇ ਆਪਾਂ ਹੈਲਥ ਦੀ ਆਪਾਂ ਦੁਕਾਨਾਂ ਦੇ ਉੱਤੇ ਸ਼ਹਿਰ ਦੇ ਵਿੱਚ ਰੇੜੀਆਂ ਦੇ ਉੱਤੇ ਆਮ ਤੌਰ ਤੇ ਹੀ ਹਰੇ ਰੰਗ ਦੀ ਇੱਕ ਗੋਭੀ ਦੇਖਦੇ ਆ ਜਿਹਨੂੰ ਕਿ ਅਸਲ ਦੇ ਵਿੱਚ ਬਰੋਕਲੀ ਕਿਹਾ ਜਾਂਦਾ ਹੈ ਇਹ ਹਰੇ ਰੰਗ ਦੀ ਗੁਪ ਵੀ ਨੀ ਤਰ੍ਹਾਂ ਦਿਖਣ ਵਾਲੀ ਹੁੰਦੀ ਆ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਔਰ ਇਹਦੇ ਆਪਣੀ ਜ਼ਿੰਦਗੀ ਦੇ ਵਿੱਚ ਫਾਇਦੇ ਬਹੁਤ ਨੇ ਆ ਜੋ ਫਾਇਦੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਆ ਆਪਣਾ ਹਾਰਟ ਆ ਹਾਰਟ ਦੇ ਲਈ ਇਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਆ ਕਿਉਂਕਿ ਨੈਸ਼ਨਲ ਸੈਂਟਰ ਫਾਰ ਬਾਇਓ ਟੈਕਨੋਲੋਜੀ ਦੇ ਅਨੁਸਾਰ ਬ੍ਰੋਕਲੀ ਦੇ ਵਿੱਚ ਜਿਹੜਾ ਨਾ ਸਲੇਨੀਅਮ ਜਿਹੜੇ ਉਹਦੇ ਤੱਤ ਪਾਏ ਜਾਂਦੇ ਆ ਨਾ ਜਿਹੜੇ ਕਿ ਆਪਣੇ ਦਿਲ ਨੂੰ ਬਹੁਤ ਜ਼ਿਆਦਾ ਜਿਹੜੀ ਪ੍ਰੋਟੀਨ ਦੀ ਮਾਤਰਾ ਚਾਹੀਦੀ ਹੈ ਉਹ ਦਿੰਦੇ ਆ ਫਿਰ ਆ ਗਿਆ ਜੀ ਇਹ ਕੈਂਸਰ ਤੋਂ ਬਚਣ ਲਈ ਵੀ ਆਪਾਂ ਨੂੰ ਬਹੁਤ ਜ਼ਿਆਦਾ ਮਦਦ ਕਰਦਾ ਹੈ ਕਿਉਂਕਿ ਜਿਹੜਾ ਇਹਦੇ ਚ ਸਲੇਨੀਅਮ ਹੁੰਦਾ ਨਾ ਉਹ ਕੈਂਸਰ ਦੇ ਜਿਹੜੇ ਸੈੱਲ ਆ ਉਹ ਵਧਦੇ ਆ ਉਹਨਾਂ ਨੂੰ ਉਹ ਵਧਣ ਤੋਂ ਰੋਕਦਾ ਹੈ ਕੈਂਸਰ ਦੀਆਂ ਕਿਸਮਾਂ ਹੁੰਦੀਆਂ ਜਿਵੇਂ ਛਾਤੀ ਦਾ ਕੈਂਸਰ ਹੋ ਗਿਆ ਚਮੜੀ ਦਾ ਕੈਂਸਰ ਹੋ ਗਿਆ ਪ੍ਰੋਸਟੇਟ ਹੋ ਗਿਆ ਸਰਵਾਈਕਲ ਕੈਂਸਰ ਆ ਉਹਨਾਂ ਸਾਰਿਆਂ ਨੂੰ ਰੋਕਦਾ ਏ ਫਿਰ ਇਹ ਭਾਰ ਘਟਣ ਜਿਹੜਾ ਭਾਰ ਆਪਣਾ ਵੱਧਦਾ ਉਹਨੂੰ ਵੀ ਰੋਕਦਾ ਏ ਜਿਹੜਾ ਆਪਣਾ ਲੀਵਰ ਫੈਂਟੀ ਹੋ ਜਾਂਦਾ ਉਹਨੂੰ ਵੀ ਰੋਕਦਾ ਏ ਹੱਡੀਆਂ ਦੇ ਵਿੱਚ ਤੇ ਦੰਦਾਂ ਦੇ ਵਿੱਚ ਜਿਹੜੀ ਕੈਲਸ਼ੀਅਮ ਦੀ ਮਾਤਰਾ ਚਾਹੀਦੀ ਹੈ ਨਾ ਇਹ ਉਹਨਾਂ ਨੂੰ ਵੀ ਪੂਰਾ ਕਰਦਾ ਏ ਅੱਖਾਂ ਦੀ ਰੋਸ਼ਨੀ ਘਟਦੀ ਆ ਖਾਸ ਕਰ ਬੱਚਿਆਂ ਦੀ ਛੋਟੀ ਉਮਰ ਦੇ ਵਿੱਚ ਅੱਖਾਂ ਖਰਾਬ ਹੁੰਦੀਆਂ ਚਸ਼ਮੇ ਲੱਗ ਜਾਂਦੇ ਆ ਇਹ ਉਹਨੂੰ ਵੀ ਠੀਕ ਕਰਦਾ ਏ ਆਪਣੇ ਦਿਮਾਗ ਵਾਸਤੇ ਵੀ ਬਹੁਤ ਜ਼ਿਆਦਾ ਇਹ ਵਧੀਆ ਏ ਗਰਭ ਅਵਸਥਾ ਦੇ ਵਿੱਚ ਲੇਡੀਜ਼ ਵਾਸਤੇ ਵੀ ਬਹੁਤ ਵਧੀਆ ਏ ਸਰੀਰ ਦੀ ਸਫਾਈ ਵੀ ਕਰਦਾ ਕਿਉਂਕਿ ਬਾਹਰੋਂ ਆਪਾਂ ਵਸ਼ੈਲੇ ਖਾਣੇ ਖਾ ਲੈਂਦੇ ਆ ਉਹਦੇ ਵਿੱਚ ਜ਼ਹਿਰੀਲੇ ਤੱਤ ਜਿਹੜੇ ਸਰੀਰ 'ਚ ਜਾਂਦੇ ਆ ਉਹਨਾਂ ਨੂੰ ਵੀ ਇਹ ਬਾਹਰ ਕੱਢਦਾ ਏ ਆਪਣੀ ਪਾਚਨ ਪ੍ਰਣਾਲੀ ਜਿਹੜੀ ਆ ਉਹਨੂੰ ਵੀ ਵਧੀਆ ਰੱਖਦਾ ਜਿੱਦਾਂ ਡਾਇਬੀਟੀਜ਼ ਦੇ ਮਰੀਜ਼ ਨੇ ਉਹਨਾਂ ਦੇ ਸ਼ੂਗਰ ਵਧਦਾ ਉਹਨਾਂ ਨੂੰ ਵੀ ਇਹ ਰੋਕਦਾ ਅਲਰਜੀ ਨੂੰ ਵੀ ਇਹ ਰੋਕਦਾ ਏ ਉਮੇਨੋਤੀ ਸਿਸਟਮ ਜਿਹੜਾ ਹੈਗਾ ਉਹਨੂੰ ਵੀ ਇਹ ਵਧਾਉਂਦਾ ਏ ਤਣਾਅ ਵਾਸਤੇ ਵੀ ਆਪਾਂ ਨੂੰ ਬਚਾਉਂਦਾ ਏ ਤੇ ਬੁਢਾਪੇ ਦੇ ਵਿੱਚ ਜਿਹੜੀ ਪ੍ਰੋਬਲਮਸ ਆਉਂਦੀਆਂ ਨੇ ਉਹਨਾਂ ਤੋਂ ਵੀ ਬਚਾਉਂਦਾ ਏ ਕੈਸਟਰੋਲ ਨੂੰ ਵੀ ਇਹ ਘੱਟ ਕਰਦਾ ਹਾਈ ਬਲੱਡ ਪ੍ਰੈਸ਼ਰ ਨੂੰ ਵੀ ਠੀਕ ਕਰਦਾ ਚਮੜੀ ਅਤੇ ਵਾਲਾਂ ਦੀ ਸਫਾਈ ਲਈ ਵੀ ਇਹ ਬਹੁਤ ਜ਼ਿਆਦਾ کارਗਰ ਹੈ ਕੁਛ ਨਹੀਂ ਕਰਨਾ ਇਹਨੂੰ ਲੈ ਕੇ ਆਓ ਇਹਨੂੰ ਧੋਵੋ ਪਾਣੀ ਦੇ ਨਾਲ ਤੇ ਇਹਨੂੰ ਕੱਟ ਕੇ ਸਲਾਦ ਦੇ ਰੂਪ ਦੇ ਵਿੱਚ ਇਹਨੂੰ ਵਰਤੋ ਤੁਸੀਂ ਖੁਦ ਹੀ ਨਹੀਂ ਤੁਹਾਡੇ ਬੱਚੇ ਵੀ ਬਿਲਕੁਲ ਠੀਕ ਹੋਣਗੇ। ਮੇਰੀ ਜ਼ਿੰਦਗੀ 'ਚ ਜੋ ਵੀ ਵਾਪਰਦਾ ਔਰ ਉਹ ਹਮੇਸ਼ਾ ਮੈਂ ਆਪ ਜੀ ਨਾਲ ਸਾਂਝਾ ਕਰੂੰਗਾ ਔਰ ਮੇਰੀ ਇਹ ਹੀ ਤਮੰਨਾ ਹੈ ਕਿ ਮੇਰੇ ਪੂਰੇ ਮੁਲਕ ਦੇ ਲੋਕ ਸਿਹਤਮਾਨ ਤੇ ਤੰਦਰੁਸਤ ਰਹਿਣ। ਕੁਝ ਗਲਤ ਬੋਲਾ ਗਿਆ ਹੋਵੇ ਤਾਂ ਮੁਆਫ ਕਰਨਾ। ਚੰਗਾ ਲੱਗੇ ਤਾਂ ਮੇਰੇ ਇਸ ਚੈਨਲ ਨੂੰ ਗ੍ਰੀਨ ਗਲੋਬਲ ਸੁਨੇਰ ਨੂੰ ਸਬਸਕ੍ਰਾਈਬ ਜਰੂਰ ਕਰਿਆ ਜੋ। ਸਾਰਿਆਂ ਨੂੰ ਸਸ਼ੀ ਅਕਾ